ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰ ਦਾ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਗੜਬੜੇ ਜੀ ਗੜਬੜੇ, ਹਾਏ ਗੜਬੜੇ ਬਣਾਉਣ ਆਇਆ, ਇਹ ਤੇਰਾ ਗੜਬੜਾ। ਇਹ ਪੈਸੇ 2 ਰੁਪਏ ਬਸ ਪਾਏ ਵਿੱਚ ਤਾਂ ਆ ਪਿਆ ਜੀ ਕੰਮ ਵੀ ਤਾਂ। ਗੜਬੜਾ ਦਿਖਾਈ, ਆਪਣਾ ਗੜਬੜਾ ਦਿਖਾਈ, ਕਿੰਨੇ ਪੈਸੇ ਬਣੇ ਤੈਨੂੰ ਦਿਖਾਈ। ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਆ ਤੇਰੇ ਪੈਸੇ, ਕਿਆ ਲਿਆ ਮੈਨੂੰ ਤਾਂ ਬ੍ਰੈਡ ਉਹ ਪਾਲਾ ਜੇਬ ਚ ਪਾ ਲੈ। ਅੱਜ ਬਾਬਾ ਬਾਲਮੀਕ ਭਗਵਾਨ ਦਾ ਜਨਮ ਦਿਨ ਹੈ। ਸ਼ਾਮ ਟਾਈਮ ਇੱਦਾਂ ਨਾ ਨਿਆਣੇ ਐਂ ਗੜਬੜੇ ਬਾਲ ਕੇ ਨਾ ਉੱਪਰ ਦੀਵੇ ਧਰ ਕੇ ਘਰ ਘਰ ਜਾ ਕੇ ਨਾ ਗੜਬੜੇ ਮੰਗਦੇ ਆ। ਉਹਨਾਂ ਪਰ ਨਾ ਇੱਦਾਂ ਲੋਕ ਫਿਰ ਪੈਸੇ ਰੱਖਦੇ ਇੱਕ 2-2 ਰੁਪਏ ਤੁਹਾਡੇ, ਸ਼ਾਇਦ ਕਈਆਂ ਦੇ ਮਨਾਉਂਦੇ, ਕਈਆਂ ਦੇ ਨਹੀਂ ਮਨਾਉਂਦੇ ਹੋਣੇ, ਇਹ ਤਾਂ ਮੈਨੂੰ ਪਤਾ ਨਹੀਂ ਹੈਗਾ। ਪਰ ਹੁਣ ਜੋ ਮੈਂ ਨੈਟਵਰਕ ਵੀਡੀਓ ਪਾ ਦਿੰਦੇ ਆ ਉਹ ਮੈਨੂੰ ਕਹਿ ਦਿੰਦੇ ਆ ਵੀ ਇਹ ਸਿੱਖ ਧਰਮ ਦੇ ਖਿਲਾਫ ਹੈ। ਪਰ ਮੈਂ ਕਹਿੰਦਾ ਵੀ ਦੇਖੋ ਜਿਹੜੀ ਮੇਰੀ ਮੇਰੀ ਆਪਦੀ ਸੋਚਣੀ ਹੈ, ਇਸ ਨਾਲ ਸਿੱਖ ਧਰਮ ਤਾਂ ਨਹੀਂ ਖਰਾਬ ਹੁੰਦਾ ਹੈਗਾ। ਚਲ ਆਪਾਂ ਜੇ ਮੈਂ ਕਿਸੇ ਹੋਰ ਧਰਮ ਦੀ ਰਿਸਪੈਕਟ ਦਿੰਦੇ ਹਾਂ, ਅਸੀਂ ਬਾਬਾ ਬਾਲਮੀਕ ਦਾ ਮਨਾਉਂਦੇ ਹਾਂ, ਅਸੀਂ ਦੇ ਰਹੇ ਹਾਂ ਦੂਜੇ ਧਰਮ ਨੂੰ ਰਿਸਪੈਕਟ ਦੇ ਰਹੇ ਹਾਂ। ਇਹਦੇ ਨਾਲ ਮੈਂ ਆਪਣਾ ਜੇ ਮੈਂ ਸਿੱਖ ਹਾਂ, ਮੈਂ ਹਿੰਦੂ ਤਾਂ ਨਹੀਂ ਬਣ ਗਿਆ, ਮੈਂ ਮੁਸਲਮਾਨ ਤਾਂ ਨਹੀਂ ਬਣ ਗਿਆ, ਜਾਂ ਮੈਂ ਕੁਝ ਹੋਰ ਚੀਜ਼ ਤਾਂ ਨਹੀਂ ਬਣ ਗਿਆ ਹੈਗਾ। ਕਹਿਣ ਦਾ ਮਤਲਬ ਇਹ ਹੈ ਵੀ ਮੈਂ ਦੂਜੇ ਧਰਮ ਨੂੰ ਰਿਸਪੈਕਟ ਦਿੱਤੀ ਹੈ, ਮੈਂ ਸਿੱਖ ਹਾਂ, ਮੈਂ ਸਿੱਖੇ ਰਹੂੰਗਾ, ਸ਼ੁਰੂ ਤੋਂ ਚੱਲਦਾ ਹੁੰਦਾ, ਪਿੰਡਾਂ ਪਿੰਡਾਂ ਵਿੱਚ ਚੱਲਦਾ। ਮੈਂ ਜੇ ਤੁਹਾਨੂੰ ਸਾਰੇ ਪਿੰਡ ਦੇ ਵਿੱਚ ਜਾ ਕੇ ਦਿਖਾ ਦੂੰਗਾ ਅੱਜ ਦੇ ਦਿਨ। ਹੁਣ ਥੋੜ੍ਹੇ ਟਾਈਮ ਤੱਕ ਨਿਆਣਿਆਂ ਨੇ ਵੀ ਆਉਣਾ, ਮੈਂ ਤੁਹਾਨੂੰ ਦਿਖਾ ਵੀ ਦਊਂਗਾ ਚੀਜ਼ ਇਹ। ਜੇ ਮੈਂ ਕੋਈ ਹੋਰ ਚੀਜ਼ਾਂ ਵੀ ਘਰ ਦੇ ਵਿੱਚ ਕਰਦਾ, ਕਹਿੰਦੇ ਪਖੰਡ ਆ, ਪਖੰਡ ਕੋਈ ਨਹੀਂ, ਅਸੀਂ ਸਿਰਫ ਰਿਸਪੈਕਟ ਦਿੰਦੇ ਹਾਂ। ਜੇ ਮੈਂ ਸਿੱਖ ਹਾਂ ਤਾਂ ਮੈਂ ਸਿੱਖੇ ਰਹਿਣਾ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ 'ਤੇ ਲਗਾਇਆ ਨਹੀਂ ਜਾਂਦਾ, ਥਾਂ ਥਾਂ 'ਤੇ ਝੁਕਾਇਆ ਨਹੀਂ ਜਾਂਦਾ, ਸਿਰਫ ਰਿਸਪੈਕਟ ਦਿੰਦੇ ਹਾਂ। ਕਿਸੇ ਨਾਲ ਅਸੀਂ ਲਾਉਂਦੇ ਨਹੀਂ, ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ। ਇਹ ਜਿਹੜੇ ਤਿਉਹਾਰ ਆ ਦੀਵਾਲੀ ਤੋਂ ਕੁਛ ਕੁ ਦਿਨ ਪਹਿਲਾਂ ਸ਼ੁਰੂ ਹੋ ਜਾਂਦੇ ਆ, ਕਿ ਹੁਣ ਮੇਰੇ ਨਾਲ ਬੰਦੇ ਬਹੁਤ ਜ਼ਿਆਦਾ ਜੁੜਦੇ ਜਾਂਦੇ ਆ, ਹਰੇਕ ਗੱਲ ਨਾਪ ਤੋਲ ਕੇ ਬੋਲਣੀ ਪੈਂਦੀ। ਜੇ ਮਾੜੀ ਜਿਹੀ ਕੋਈ ਗੱਲ ਗਲਤ ਕਹਿ ਦੇਵਾਂ, ਜਦੇ ਕਮੈਂਟ, ਉਹਨਾਂ ਕਮੈਂਟਾਂ ਦੇ ਮੇਰੇ 'ਤੇ ਜਵਾਬ ਦੇਣੇ ਬਹੁਤ ਔਖੇ ਹੋ ਜਾਂਦੇ ਆ। ਤਾਂ ਇਸ ਗੱਲ ਕਰਕੇ ਮੈਂ ਗੱਲ ਕਲੀਅਰ ਕਰ ਦਿੰਦਾ ਹਰੇਕ ਉਹਦੇ ਵਿੱਚ। ਮੈਂ ਤਾਂ ਜਦ ਤੋਂ ਸੋਝੀ ਸੰਭਾਲੀ ਮੈਂ ਤਾਂ ਇਸ ਤਰ੍ਹਾਂ ਹੀ ਦੇਖਦਾ ਆ ਰਿਹਾ ਇਹਨਾਂ ਨੂੰ। ਤੁਹਾਡੇ ਵੀ ਪਿੰਡਾਂ 'ਚ ਸ਼ਾਇਦ ਕਿਸੇ ਦੇ ਹੁੰਦੇ ਹੋਵੇ, ਨਾ ਹੁੰਦੇ ਹੋਵੇ, ਕਮੈਂਟ 'ਚ ਜ਼ਰੂਰ ਦੱਸਿਓ ਵੀ ਤੁਹਾਡੇ ਪਿੰਡਾਂ 'ਚ ਹੁੰਦੇ ਜਾਂ ਨਹੀਂ ਹੁੰਦੇ ਹੈਗੇ, ਕਮੈਂਟ 'ਚ ਜ਼ਰੂਰ ਦੱਸਿਓ ਮੈਨੂੰ ਚੀਜ਼। ਜ਼ਿਆਦਾ ਬਲਦਾ ਦੇਖੀ ਆਪਾਂ, ਇਹ ਦੇਖੀ ਤਾਂ ਜ਼ਿਆਦਾ ਬਲਦਾ ਜੈਸਮੀ ਦਾ ਘੱਟ ਬਲਦਾ, ਤੇਰਾ ਜ਼ਿਆਦਾ ਦੀਪ ਜਸਨੀ ਘੱਟ ਬਲਦਾ, ਤੇਰਾ ਜ਼ਿਆਦਾ ਬਲਦਾ। ਹਾਂ ਕਿੰਨੀ ਲੰਬੀ ਤਾਰ ਪਾਈ ਹੋਈ, ਤੈ ਛੋਟੀ ਪਾਈ ਹੋਈ ਤਾਰ, ਤਾਂ ਹੀ ਤੇਰੇ ਲੱਗ ਜਾਂਦਾ ਹੱਥ ਜੇ ਤਾਰ ਨਾ। ਕੁੜੀ ਦਾ ਹੈ ਕਰਨ ਵੀਰ ਕਿਹੜਾ ਕਿਹੜਾ ਨਾਨਕੇ ਲਵਾ ਕੇ ਆਈ ਹੈ ਇੱਧਰ ਵੀ, ਇਹ ਨਾਨਕੇ ਮਹਿੰਦੀ ਲਵਾ ਕੇ ਆਈ ਤੂੰ, ਹਾਂ ਤੂੰ ਦਿਖਾਇਓ, ਤੇਰੇ ਦਾ ਕੁਛ ਵੀ ਨੀ ਹੈਗਾ।